हेलो एवरीवन वेलकम अगेन ऑन मई यूट्यूब चैनल तो मैं एक चीज़ कह दें कि राजे जिस भी बच्चे को हाल टाइम नहीं जी बिजी है तो इस भीडियो में बाद लो पर पूरा देखियो काफ़ी बेनीफिशियल वीडियो है थोड़े आई प्रोमिस ठीक है जिमें कि तुम टाइटल तो देख रहे हो फिक्स लाइंस फॉर फॉलोअअप कोश्चन ठीक है ਤਾ ਉਸ ਤੋਂ ਬਿਲ ਇੱਕ ਛੋਟੀ ਜਿਹੀ ਆਪਦੇ ਬਾਰੇ ਇਨਫੋਰਮੇਸ਼ਨ ਦੇਣੀ ਹੈ ਸੰਡੇ ਨੂੰ ਮੈਂ ਇੱਕ ਬਿਲਕੁਲ ਫ੍ਰੀ ਆਫ ਕੋਸਟ ਕਲਾਸ ਲੈਣਾ ਸਪੀਕਿੰਗ ਦੀ ਰਾਈਟਿੰਗ ਦੀ ਤੁਸੀਂ ਉਹ ਜੁਆਇਨ ਕਰਨਾ ਹੈ ਤਾਂ ਲਿੰਕ ਮੈਂ ਡਿਸਕ੍ਰਿਪਸ਼ਨ ਚ ਪਾ ਦਿੱਤਾ ਹੈ WhatsApp ਤੇ ਜੁਆਇਨ ਹੋ ਜਾਓਗੇ ਤੇ ਸਪੀਕਿੰਗ ਦਾ ਮੇਰਾ ਖੁੱਦ ਦਾ ਲਿਖਿਆ ਹੋਇਆ ਇੰਟਰੋ ਕਿਊ ਕਾਰਡ ਫਾਲੋਅ ਅਪਸ ਜਿਹਦੇ ਵਿੱਚ ਸਾਰਾ ਕੁਝ ਮੈਂ ਆਪ ਲਿਖਿਆਗਾ PDF ਤੁਸੀਂ ਬਾਈ ਕਰ ਸਕਦੇ ਹੋ ਰੈਡੀ ਹੈ ਨੰਬਰ 기ਵਨ ਹੈ ਐਲਸ ਪੀਟੀ اور ਫ੍ਰੈਂਚ ਕਲਾਸਿਸ ਜੋ ਕਿ ਮੈਂ ਲਗਾਉਣਾ ਹੈ ਠੀਕ ਹੈ ਜੇ ਕਿਸੇ ਵੀ ਬੱਚੇ ਦੀ ਨੀਡ ਹੋਵੇ ਤੁਸੀਂ ਰੈਗੂਲਰ ਕਲਾਸਿਸ ਵੀ ਜੁਆਇਨ ਕਰ ਸਕਦੇ ਹੋ ਐਸ ਕਾਫੀ ਸਾਰੇ ਬੱਚੇ ਮੇ ਕੋਲ ਆਲਰੇਡੀ ਪੜ ਰਹੇ ਨੇ ਤੇ ਵੀਡੀਓ ਨੂੰ ਦੋ ਦੋਸਤਾਂ ਨਾਲ ਜਰੂਰ ਸ਼ੇਅਰ ਕਰਨਾ ਤੇ ਜੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਓਕੇ ਹੁਣ ਇੱਥੇ ਥੋੜਾ ਜਿਹਾ ਟਾਈਮ ਲੱਗੂਗਾ ਤੁਸੀਂ ਇਸ ਚੀਜ਼ ਨੂੰ ਪਹਿਲਾਂ ਸਮਝਣਾਗਾ ਸਮਝਣਾ ਕਿਵੇਂ ਦੇਖੋ ਆਪਣੇ ਕੋਲੇ ਕੁਐਸਚਨ ਹੈ ਵਾਈ ਡੂ ਯੰਗ ਪੀਪਲ ਲਾਈਕ ਟੂ ਸਟੱਡੀ ਇਨ ਕੈਫੇ ਤਾਂ ਜਿਹੜੀ ਲਾਈਨ ਮੈਂ ਇਹਦੇ ਵਿੱਚ ਹਾਈਲਾਈਟ ਕਰੀ ਹੈ ਕੋਈ ਵੀ ਫਾਲੋਅ ਅਪ ਕੁਐਸਚਨ ਆ ਜੇ ਕਿਸੇ ਵੀ ਟਾਪਿਕ ਦਾ ਉਹਦੇ ਵਿੱਚ ਤੁਹਾਡੀ ਇਹ ਲਾਈਨ ਲੱਗੂਗੀ ਲੱਗੂਗੀ ਇੱਕ ਕੁਐਸਚਨ ਦੀ ਤੁਹਾਡੀ ਟੈਨਸ਼ਨ ਮੈਂ ਖਤਮ ਕਰ ਦਿੰਦੀ ਆ ਬਾਕੀ ਜਿਹੜੇ ਰੈਗੂਲਰ ਮੇਰੇ ਕੋਲ ਪੜ੍ਹਦੇ ਨੇ ਉਹਨਾਂ ਨੂੰ ਤਾਂ ਮੈਂ ਕਈ ਸਾਰੀਆਂ ਇਦਾਂ ਦੀਆਂ ਬਣਾ ਬਣਾ ਕੇ ਦਿਨਾ ਰਹਿਣਾ ਠੀਕ ਹੈ ਤਾਂ ਇਸ ਚੀਜ਼ ਨੂੰ ਸਮਝਦੇ ਆਪਾਂ ਵਾਈ ਡੂ ਯੰਗ ਪੀਪਲ ਲਾਈਕ ਟੂ ਸਟੱਡੀ ਇਨ ਅ ਕੈਫੇ ਤਾਂ ਉਹਨਾਂ ਨੇ ਕਾਰਨ ਪੁੱਛਿਆ ਆਪਾਂ ਕਹਾਂਗੇ ਇਵਨ ਥੋ ਦੈਰ ਆਰ ਅ ਨੰਬਰ ਆਫ ਰੀਜ਼ਨ ਹਾਲਾਂਕਿ ਇੱਥੇ ਬਹੁਤ ਸਾਰੇ ਕਾਰਨ ਨੇ ਵਾਈ ਯੰਗ ਪੀਪਲ ਲਾਈਕ ਟੂ ਸਟੱਡੀ ਇਨ ਕੈਫੇ ਕੁਐਸਚਨ ਦੇ ਵਿੱਚੋਂ ਲਾਈਨ ਚੱਕੀ ਵਾਈ ਵਾਈ ਤੋਂ ਅੱਗੇ ਬਟ ਟੂ ਰੀਜਨਸ ਵਿਚ ਆਰ ਕਰੰਟਲੀ ਕਮਿੰਗ ਟੂ ਮਾਈ ਮਾਈਂਡ ਇਹ ਲਾਈਨ ਵੀ ਫਿਕਸ ਰਹੂਗੀ ਜਿਹੜੀ ਅੰਡਰਲਾਈਨ ਕਰੀ ਹੋਈ ਹੈ ਫਰਸਟਲੀ ਆਈ ਵੁਡ ਸੇ ਦੀ ਵਾਈਫਾਈ ਐਂਡ ਸੈਕੰਡ ਵਨ ਇਜ਼ ਟ੍ਰਾਂਕਵਿਲਿਟੀ ਪਹਿਲਾਂ ਤਾਂ ਕੈਫੇ ਦੇ ਵਿੱਚ ਵਾਈਫਾਈ ਹੋਣਾ ਚਾਹੀਦਾ ਦੂਜਾ ਟ੍ਰਾਂਕਵਿਲਿਟੀ ਮਤਲਬ ਸ਼ਾਂਤੀ ਹੋਣੀ ਚਾਹੀਦੀ ਹੈ ਠੀਕ ਹੈ ਅੱਗੋਂ ਆਪਦਾ ਰੀਜ਼ਨ ਦੇ ਦੇਣਾ ਦਿਸ ਇਜ਼ ਬਿਕੋਜ਼ ਦੀਸ ਟੂ ਥਿੰਗਸ ਆਰ ਫੰਡਾਮੈਂਟਲ ਫੋਰ ਪੀਪਲਸ ਵਿਦਆਊਟ ਵਾਈਫਾਈ ਐਂਡ ਪੀਸਫੁਲ ਏਰੀਆ ਇਟ ਇਜ਼ ਹਾਰਡ ਫੋਰ ਦੀ ਲਰਨਰਸ ਟੂ ਗੈਟ ਅ ਮੈਸਿਵ ਅਮਾਊਂਟ ਆਫ ਨੋਲੇਜ ਵਟਐਵਰ ਤੁਹਾਡਾ ਕੋਈ ਵੀ ਰੀਜ਼ਨ ਹੋ ਸਕਦਾ ਹੈ ਮੈਂ ਮੇਨ ਗੱਲ ਕਰਾਂਗਾ ਜਿਹੜੀ ਫਿਕਸ ਲਾਈਨ ਹੈ ਠੀਕ ਹੈ ਇਦਾਂ ਹੀ ਇੱਕ ਕੁਐਸਚਨ ਹੋਰ ਦੇਖੋ ਕੋਈ ਵੀ ਰੈਂਡਮ ਟਾਪਿਕ ਚੱਕ ਕੇ ਲਾਈਨ ਫਿਕਸ ਕਰਕੇ ਦਿਖਾਉਂਗਾ ਜਿਵੇਂ ਦੇਖੋ ਬਟ ਟੈਕਨੋਲੋਜੀ ਪ੍ਰੋਡਕਟਸ ਆਰ ਯੂਜ਼ਡ ਬਾਈ ਪੀਪਲ ਨਾਓ ਤਾਂ ਦੇਖੋ ਇਵਨ ਦੋ देयर ਆਰ ਅ ਨੰਬਰ ਆਫ ਪ੍ਰੋਡਕਟਸ ਥੈਟ ਪੀਪਲ ਯੂਜ਼ ਬਟ ਟੂ ਪ੍ਰੋਡਕਟਸ ਵਿਚ ਆਰ ਕਰੰਟਲੀ ਕਮਿੰਗ ਟੂ ਮਾਈ ਮਾਈਂਡ ਫਸਟਲੀ ਕਿਚਨ ਗੈਜਟਸ ਸੈਕਿੰਡ ਵੈਕਿਊਮ ਕਲੀਨਰ ਕੁਝ ਵੀ ਲਾ ਲਓ ਠੀਕ ਹੈ ਤਾਂ ਮੈਂ ਪੀਡੀਐਫ ਨੂੰ ਪਹਿਲਾਂ ਖੋਲ ਕੇ ਰੱਖਿਆ ਹੋਇਆਗਾ ਤਾਂ ਕਿ ਟਾਈਮ ਨਾ ਲੱਗੇ ਓਕੇ ਆਪਣੇ ਕੋਲ ਇਹ ਟਾਪਿਕ ਹੈ ਡਿਸਕ੍ਰਾਈਬ ਐਨ ਏਰੀਆ ਆਫ ਸਾਇੰਸ ਠੀਕ ਹੈ ਮੈਂ ਇਹਦੇ ਫਾਲੋ ਅਪਸ ਖੋਲ ਲੈਣਾ ਚਲੋ ਇੱਕ ਫਾਲੋਅ ਅਪ ਇਹਦਾ ਕਰਾ ਦੇਣਾ ਇੱਕ ਤੋਂ ਮੈਂ ਰੈਂਡਮ ਵੀ ਕਰਾ ਦੂੰਗਾ ਤਾਂ ਕਿ ਕਿਸੇ ਬੱਚੇ ਨੂੰ ਆਏ ਨਾ ਲੱਗੇ ਕਿ ਸ਼ਾਇਦ ਵੀ ਇਸ ਟਾਪਿਕ ਤੇ ਫਿਕਸ ਲਾਈਨ ਲੱਗ ਜਾਣੀ ਸੀ ਸ਼ਾਇਦ ਸਰ ਨੇ ਤਾਂ ਖੋਲਿਆ ਹੋਗਾ ਹਨ ਜਿਵੇਂ ਮੰਨ ਲਓ ਇਹਦਾ ਪਹਿਲਾ ਕੁਐਸਚਨ ਹੀ ਹੈ ਵਾਈ ਡੂ ਸਮ ਚਿਲड्रन ਨਾਟ ਲਾਈਕ ਲਰਨਿੰਗ ਸਾਇੰਸ ਐਟ ਸਕੂਲ ਕਿਉਂ ਕੁਝ ਬੱਚਿਆਂ ਨੂੰ ਸਕੂਲ ਦੇ ਵਿੱਚ ਸਾਇੰਸ ਪੜ੍ਹਨੀ ਪਸੰਦ ਨਹੀਂ ਠੀਕ ਹੈ ਤਾਂ ਤੁਸੀਂ ਲਾ ਸਕਦੇ ਹੋ ਜੀ ਇਵਨ ਥੋ ਦેર ਆਰ ਅ ਨੰਬਰ ਆਫ ਰੀਜ਼ਨ ਠੀਕ ਹੈ ਇਵਨ ਥੋ ਦેર ਆਰ ਅ ਨੰਬਰ ਆਫ ਰੀਜ਼ਨ ਥੈਟ Uh, that's why children don't like learning science in school but two reason which are currently coming to my mind are first of all i would say not proper equipment and not a best teacher to two reason ho gaye theek hai main random click kar da ji kisi bhi jagah te chalo main itthe click kita keda topic khulla mainu nahi pata jiveh topic hai ga describe someone you know who has recently moved to a new place theek hai chalo apako question dekhde ha why young people move to new accommodation ਕਿਉਂ ਜਿਹੜੇ ਜਵਾਨ ਮੁੰਡੇ ਕੁੜੀਆਂ ਨੇ ਨਵੀਂ ਅਕਾਮੋਡੇਸ਼ਨ ਚ ਮੂਵ ਕਰਦੇ ਨੇ ਤਾਂ ਲਾ ਸਕਦੇ ਹੋ ਜੀ ਇਵਨ ਦੋ देयर आर ਅ ਨੰਬਰ ਆਫ ਰੀਜ਼ਨ ਥੈਟ ਵਾਈ ਯੰਗ ਪੀਪਲ ਮੂਵ ਟੂ ਨਿਊ ਅਕਾਮੋਡੇਸ਼ਨ ਬਟ ਟੂ ਰੀਜ਼ਨ ਥੈਟ ਆਰ ਕਰੰਟਲੀ ਕਮਿੰਗ ਟੂ ਮਾਈ ਮਾਈਂਡ ਫਸਟ ਆਫ ਆਲ ਦੇ ਵਾਂਟ ਟੂ ਐਕਸਪਲੋਰ ਦੀ ਵਰਲਡ ਥੈਟਸ ਵਾਈ ਦੇ ਮੂਵ ਅਨਦਰ ਪਲੇਸ ਟਾਈਮ ਟੂ ਟਾਈਮ ਠੀਕ ਹੈ ਸੈਕਿੰਡ ਵਨ ਆਈ ਕੈਨ ਸੇ ਦੇ ਦੇ ਕੁਡ ਬੀ ਟ੍ਰੈਵਲ ਫਰੀਕ ਸੋ ਦੈਟਸ ਵਾਈ ਹਨਾ ਤੁਸੀਂ ਕੁਝ ਵੀ ਜੋ ਵੀ ਤੁਹਾਡੇ ਦੇਖੋ ਰੀਜ਼ਨ ਹੋਊਗਾ ਉਹ ਤੁਸੀਂ ਆਪ ਦਾ ਰੀਜ਼ਨ ਦੇ ਸਕਦੇ ਹੋ ਇੱਕ ਦਾ ਟਾਪਿਕ ਆਪਾਂ ਹੋਰ ਲੈ ਲੈਂਦੇ ਹਾਂ ਜਿਵੇਂ ਹਾਊ ਟੂ ਮੋਸਟ ਪੀਪਲ ਰਿਸਪੌਂਡ ਟੂ ਬੈਡ ਸਰਵਿਸਿਜ਼ ਈਵਨ ਥੋ ਥੇਅਰ ਆ ਅ ਨੰਬਰ ਆਫ ਰੀਜ਼ਨਸ that how people respond to bad services but two reasons that are currently coming to my mind da matlab ki hoya halanki bade sare karan ne even do da matlab bade sare ek halanki bade sare karan ne par do karan hun jo mere mind ch aa rahe ne ede naal tusi examiner nu smart lagoge smart kithan lagoge ki ha bachche nu pata ne par eh keh reha bi hun is time examiner de samne baith ke mere mind ch jehde do karan aa rahe ne oh firstly eh hega te secondly eh hai ਠੀਕ ਹੈ ਤਾਂ ਇੱਕ ਕੁਐਸਚਨ ਤੁਹਾਡਾ ਤੁਹਾਨੂੰ ਮੈਂ ਬਣਿਆ ਬਣਾਇਆ ਦਿੱਤਾ ਇਦਾਂ ਦੇ ਆਪਾਂ ਹੋਰ ਵੀ ਕਈ ਬਣਾਏ ਹੋਏ ਨੇ ਠੀਕ ਹੈ ਸੋ ਬਾਕੀ ਚਲੋ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਤੇ ਲਾਈਕ ਜਰੂਰ ਕਰਿਓ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਿਹੜੇ ਵੀ ਬੱਚੇ ਐਡਮਿਸ਼ਨ ਲੈਣਾ ਚਾਹੁੰਦੇ ਨੇ ਐਡਮਿਸ਼ਨਸ ਚੱਲਦੀਆਂ ਪਈਆਂ ਨੇ ਤੁਸੀਂ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਆ ਥੈਂਕ ਯੂ